ਕਿਹੜੇ-ਕਿਹੜੇ ਬੱਚੇ ਤੁਹਾਡੇ ਨਾਲ ਪੜ੍ਹਦੇ ਹੁੰਦੇ ਸੀ? ਮੈਂ ਕਿਹਾ ਕਿ ਹਰਮਨ ਸਿੰਘ ਸੀ, ਉਹਦਾ ਪਿਓ ਦੇ ਨਾਂ ਗਮਾਨ ਸਿੰਘ ਸੀ। ਅੱਛਾ। ਇੱਕ ਲੱਖੂ ਸੀ, ਉਹਦੇ ਪਿਓ ਦੇ ਨਾਂ ਤਾਰ ਸਿੰਘ ਸੀ। ਅੱਛਾ। ਇਹ ਬੱਚੇ ਸਾਡੇ ਨਾਲ ਪੜ੍ਹਦੇ। ਕੋਈ ਨਾਂ ਯਾਦ ਹੈ ਕਿਹੜਾ ਕਿਹੜਾ ਸਿੱਖ ਮਰਿਆ ਸੀ ਇੱਥੇ? ਕਰਤਾਰ ਸਿੰਘ, ਗਮਾਨ ਸਿੰਘ, ਉਹਦਾ ਕਿਹਾ ਮੈਂ ਆਪਣਾ ਭਰਾ ਕੇ ਪਤਰੀਆ, ਉਹਨੂੰ ਗੋਲੀ ਵੱਜੀ ਸੀ, ਉਹਨੂੰ ਮੈਂ ਲਿਆ ਕੇ ਘੋੜੀ 'ਤੇ ਪਾ ਲਿਆ ਅਤੇ ਜਦੋਂ ਰਾਜ ਮਰ ਗਿਆ ਰਾਜ ਸੁੱਟ ਆਇਆ। ਸਿੱਖ ਸੁੰਦਰ ਸਿੰਘ। ਅੱਛਾ। ਅਜਾਗਰ ਸਿੰਘ, ਅਨੋਖ ਸਿੰਘ। ਅੱਛਾ। ਦਲੀਪ ਭਾ ਚੜ੍ਹਤੂ, ਇੱਕ ਰੱਸਾ ਖਿੱਚਣ ਲੱਗੇ ਸਨ ਇੱਕ ਵਾਰੀ ਗਰਮੂੜੀਆਂ ਨਾਲ। ਅੱਛਾ। ਗਰਮੂੜੀਆਂ ਰੱਸਾ ਖਿੱਚ ਲਿਆ ਸੀ ਤੇ ਸਾਡੇ ਪਿੰਡ ਦੇ ਉਤਰੇ ਬੜੇ ਸਨ ਉਹਨਾਂ, ਮਗਰ ਪਜਾ ਕੇ ਨਾ ਘੋੜੀਆਂ ਤੇ ਉਹਨੂੰ ਮਾਰਿਆ ਸੀ। ਅੱਛਾ। ਰਮਾ ਤੇ ਉਦੋਂ ਤੇ ਸਿੱਖਾਂ ਦੇ ਸਨ। ਹਾਂਜੀ। ਜੇ ਮੁਸਲਮਾਨਾਂ ਦਾ ਜਸਾ ਆਵੇ ਤੁਸੀਂ ਅੱਗੇ ਆਉਣਾ ਹੈ। ਅੱਛਾ। ਜੇ ਸਿੱਖਾਂ ਦਾ ਆਵਾਂ, ਸਿੱਖਾਂ ਦਾ ਜਸਾ ਆਵੇ ਤਾਂ ਅਸੀਂ ਅੱਗੇ ਆਵਾਂਗੇ। ਅੰਮ੍ਰਿਤਧਾਰਾਂ ਦਾ ਨਾਂ ਸੀ ਇੰਦਰ ਸਿੰਘ। ਹਾਂਜੀ। ਇੰਦਰ ਸਿੰਘ ਸੀ, ਇੱਕ ਦੇ ਨਾਂ ਸੁੰਦਰ ਸਿੰਘ ਸੀ। ਮਾਸਟਰ ਇੱਕ ਪਰਮਾਨੰਦ ਹੁੰਦਾ ਸੀ। ਅੱਛਾ। ਇੱਕ ਦੇਸ਼ ਰਾਜ ਹੁੰਦਾ ਸੀ। ਅਸਲਾਮ ਵਾਲੇਕਮ ਜੀ, ਸਤਿ ਸ਼੍ਰੀ ਅਕਾਲ, ਅਦਾਬ ਦੋਸਤੋ। ਸਭ ਦਾ ਪੰਜਾਬ ਦੀ ਟੀਮ ਇਸ ਟਾਈਮ ਡੇਰਾ ਤੂੜਾਂ ਦੇ ਵਿੱਚ ਬੈਠੇ ਹਾਂ ਅਤੇ ਸਾਡੇ ਸਾਹਮਣੇ ਜੱਟ ਬਰਾਦਰੀ ਦੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਦਾ ਪਿਛਲਾ ਪਿੰਡ ਇਸ ਟਾਈਮ ਕੜਿਆਲ ਹੈ ਅਤੇ ਇਹਨਾਂ ਦਾ ਜਨਮ 47 ਤੋਂ 14 ਸਾਲ ਪਹਿਲੇ ਹੋਇਆ। ਇਹਨਾਂ ਕੋਲੋਂ ਪੁੱਛਾਂਗੇ 47 ਦੀ ਕਹਾਣੀ ਕਿ ਇਹਨਾਂ ਦੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਸਿੱਖ, ਹਿੰਦੂ, ਮੁਸਲਮਾਨ ਆਬਾਦ ਹੁੰਦੇ ਸੀ ਅਤੇ ਉਹਨਾਂ ਦਾ ਆਪਸ 'ਚ ਰਹਿਣ ਸਹਿਣ ਕਿੱਦਾਂ ਦਾ ਸੀ ਅਤੇ 47 ਵੇਲੇ ਉਹ ਕਿਸ ਤਰ੍ਹਾਂ ਪਾਕਿਸਤਾਨ ਛੱਡ ਕੇ ਹਿੰਦੁਸਤਾਨ ਗਏ। ਆਓ ਮਿਲਦੇ ਹਾਂ ਅਤੇ ਗੱਲਬਾਤ ਸਾਂਝੀ ਕਰਦੇ ਹਾਂ। ਸਲਾਮਲੇਕਮ। ਵਾਲੇਕਮ ਅਸਲਾਮ। ਕੀ ਹਾਲ ਚਾਲ ਹੈ ਬਜ਼ੁਰਗੋ? ਖੈਰ, ਮੇਰੇ ਅੱਲਾਹ ਦਾ ਸ਼ੁਕਰ ਹੈ। ਕੀ ਨਾਮ ਹੈ ਆਪਣਾ? ਮਾਮਾ ਯੂਸਫ। ਮਾਮਾ ਯੂਸਫ, ਤੁਹਾਡੇ ਵਾਲਦ ਸਾਹਿਬ ਦਾ? ਖੁਸ਼ੀ ਮਾਮਾ ਦਾ। ਅਤੇ ਦਾਦਾ ਜੀ ਦਾ? ਹਾਂ। ਦਾਦੇ ਦਾ ਕੀ ਨਾਂ ਸੀ? ਕਰਮਦਾਦ। ਕਰਮਦਾਦ। ਕਿਹੜੀ ਬਰਾਦਰੀ ਆਪਣੀ? ਜੱਟ ਤੂਰ। ਤੂਰ ਜੱਟ। ਹਾਂ, ਸਹੀ ਹੋ ਗਿਆ। ਆਪਣਾ ਜਿਹੜਾ ਪਿੰਡ ਹੈ ਇਹਦਾ ਪੂਰਾ ਨਾਂ ਕੀ ਹੈ? ਕੜਿਆਲ ਕਲਾਂ। ਕੜਿਆਲ ਕਲਾਂ। ਇਹਦੇ ਲਾਗੇ ਲਾਗੇ ਕਿਹੜੇ ਪਿੰਡ ਲੱਗਦੇ ਨੇ? ਇਹਦੇ ਲਾਗੇ ਲਾਗੇ ਲੱਗਦਾ ਬੁੱਢੀ ਕੜਿਆਲ। ਹਾਂਜੀ। ਸਾਧੋ ਕੇ, ਮਸੰਦਾ। ਹਾਂਜੀ। ਕੁਰਲ ਕੇ। ਹਾਂਜੀ। ਇਹ ਪਿੰਡ ਲੱਗਦੇ ਨੇ। ਹੰਤੀਰ। ਸਹੀ ਹੋ ਗਿਆ। ਬਾਗਾਂ ਵਾਲਾ। ਠੀਕ ਹੋ ਗਿਆ। ਇਹਦੀ ਤਹਿਸੀਲ ਕਿਹੜੀ ਹੁੰਦੀ ਸੀ ਉਸ ਵੇਲੇ? ਤਹਿਸੀਲ। ਹਾਂਜੀ। ਨਸ਼ਹਿਰਾ। ਅਤੇ ਜ਼ਿਲ੍ਹਾ ਕਿਹੜਾ ਸੀ? ਗੁਜਰਾਲਾ। ਅੱਛਾ, ਗੁਜਰਾਲਾ। ਠੀਕ ਹੋ ਗਿਆ। ਕਿੱਡਾ ਕੁ ਵੱਡਾ ਪਿੰਡ ਹੁੰਦਾ ਸੀ 47 ਤੋਂ ਪਹਿਲੇ? ਹੈ, ਇਹ ਬੜਾ ਵੱਡਾ ਪਿੰਡ ਸੀ। ਹੁਣ ਤਾਂ ਸ਼ਹਿਰ ਬਣਿਆ, ਉਸ ਵੇਲੇ ਵੀ ਐਡਾ ਵੱਡਾ ਪਿੰਡ ਸੀ? ਵੱਡਾ ਸੀ, ਉਹ ਅੱਗੇ ਨਾ ਵੱਧ ਗਿਆ ਹੋਣਾ। ਪਿੰਡ ਤਾਂ ਬੜਾ ਵੱਡਾ ਸੀ ਇਹ। ਸਹੀ ਸਹੀ ਸਹੀ। ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਇੱਥੇ? ਸਿੱਖ ਵਿਰਕ ਹੀ ਸਨ। ਅਤੇ ਹਿੰਦੂਆਂ ਦੇ ਘਰ ਵੀ ਹੈ ਸਨ? ਹੈਂ। ਹਿੰਦੂਆਂ ਦੇ ਘਰ ਹੈ ਸਨ? ਹਿੰਦੂ ਖੱਤਰੀ। ਅੱਛਾ, ਖੱਤਰੀ ਵੀ ਸਨ। ਹਾਂ, ਖੱਤਰੀ ਵੀ ਸਨ। ਅਤੇ ਮੁਸਲਮਾਨ ਵਿਰਕ ਵੀ ਰਹਿੰਦੇ ਸੀ? ਹਾਂ। ਅਤੇ ਤੂਰ ਜੱਟ ਵੀ ਰਹਿੰਦੇ ਸੀ? ਹਾਂ। ਸਹੀ ਸਹੀ ਸਹੀ। ਅੱਛਾ ਬਜ਼ੁਰਗੋ, ਇਹ ਦੱਸੋ ਜਦੋਂ 47 ਦੀ ਵੰਡ ਹੋਈ ਉਸ ਵੇਲੇ ਆਪਣੀ ਉਮਰ ਕਿੰਨੀ ਸੀ? ਉਸ ਵੇਲੇ ਆਪਣੀ 14-15 ਸਾਲ ਸੀ। ਅੱਛਾ, 14-15 ਸਾਲ ਉਮਰ ਸੀ। ਇਹਦਾ ਮਤਲਬ ਤੁਸੀਂ ਫਿਰ ਪੜ੍ਹਦੇ ਵੀ ਰਹੇ ਹੋਣੇ ਹੋ? ਸਕੂਲੇ ਪੜ੍ਹਦੇ ਸਾ ਉਦੋਂ। ਅੱਛਾ, ਪੜ੍ਹਦੇ ਸੀ? ਪੰਜਵੀਂ ਜਮਾਤ ਵਿੱਚ ਪੜ੍ਹਦੇ। ਸਕੂਲ ਕਿੱਥੇ ਹੁੰਦਾ ਸੀ? ਸਕੂਲ ਆ ਜਿੱਥੇ ਹੋਣੇ। ਅੱਛਾ, ਪੁਰਾਣਾ ਜਿੱਥੇ? ਇਹ ਪੁਰਾਣਾ ਸਕੂਲ ਹੈ। ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਪੰਜਵੀਂ ਤੱਕ ਪੜ੍ਹੇ ਹੋ? ਹਾਂ। ਤੁਹਾਨੂੰ ਪਤਾ ਕਿਹੜੇ ਕਿਹੜੇ ਮਾਸਟਰ ਤੁਹਾਨੂੰ ਪੜ੍ਹਾਉਂਦੇ ਰਹੇ ਨੇ? ਮਾਸਟਰ ਇੱਕ ਪਰਮਾਨੰਦ ਹੁੰਦਾ ਸੀ। ਅੱਛਾ। ਇੱਕ ਦੇਸ਼ ਰਾਜ ਹੁੰਦਾ ਸੀ, ਇਸ ਤਰ੍ਹਾਂ ਕਰਕੇ ਦੋ ਤਰ੍ਹਾਂ ਮਾਸਟਰ। ਕਿਹੜੇ ਕਿਹੜੇ ਬੱਚੇ ਤੁਹਾਡੇ ਨਾਲ ਪੜ੍ਹਦੇ ਹੁੰਦੇ ਸੀ? ਮੈਂ ਕਿਹਾ ਕਹਿੰਦੇ ਹਰਮਨ ਸਿੰਘ ਸੀ, ਉਹਦਾ ਪਿਓ ਦੇ ਨਾਂ ਗਮਾਨ ਸਿੰਘ ਸੀ। ਅੱਛਾ। ਇੱਕ ਲੱਖੂ ਸੀ, ਉਹਦੇ ਪਿਓ ਦੇ ਨਾਂ ਤਾਰ ਸਿੰਘ ਸੀ। ਅੱਛਾ। ਇਹ ਬੱਚੇ ਸਾਡੇ ਨਾਲ ਪੜ੍ਹਦੇ ਆ। ਅੱਛਾ 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 ਅੱਛਾ। ਅਤੇ ਹਿੰਦੂਆਂ ਦਾ ਵੀ ਕੋਈ ਹੈਗਾ ਸੀ ਬੱਚਾ ਪੜ੍ਹਦਾ? ਸਵਾਂਦੇ ਵੀ ਪੜ੍ਹਦੇ ਸਰ। ਉਹਨਾਂ ਦਾ ਕੋਈ ਨਾਂ ਯਾਦ ਹੈ? ਉਹਨਾਂ ਦਾ ਨਾਂ ਨਹੀਂ ਹੁਣ ਯਾਦ ਆ। ਅੱਛਾ, ਉਹਨਾਂ ਦਾ ਨਹੀਂ ਯਾਦ। ਅਤੇ ਪਿੰਡ ਦੇ ਵਿੱਚ ਲੰਬੜਦਾਰੀਆਂ ਕਿੰਨੀਆਂ ਸੀ? ਲੰਬੜਦਾਰੀਆਂ ਪੰਜ। ਪੰਜ ਲੰਬੜਦਾਰ ਸਨ? ਹਾਂ। ਕੀ ਕੀ ਨਾਂ ਸੀ ਉਹਨਾਂ ਲੰਬੜਦਾਰਾਂ ਦੇ? ਲੰਬੜਦਾਰਾਂ ਦਾ ਨਾਂ ਸੀ ਇੰਦਰ ਸਿੰਘ। ਹਾਂਜੀ।
ਇੰਦਰ ਸਿੰਘ ਸੀ, ਕਿਹਦੇ ਨਾਲ ਸੁੰਦਰ ਸਿੰਘ ਸੀ। ਅੱਛਾ, ਇਸ ਤਰ੍ਹਾਂ ਕਰਕੇ ਨਾਂ ਸਨ ਉਹਨਾਂ ਦੇ। ਮੁਸਲਮਾਨਾਂ ਦੇ ਵਿੱਚ ਵੀ ਲੰਬੜਦਾਰੀ ਹੈਗੀ ਸੀ ਕਿਸੇ ਕੋਲ? ਮੁਸਲਮਾਨਾਂ ਦਾ ਲੰਬੜਦਾਰ ਕੋਈ ਨਹੀਂ ਸੀ। ਅੱਛਾ, ਮੁਸਲਮਾਨਾਂ ਦਾ ਕੋਈ ਲੰਬੜਦਾਰ ਨਹੀਂ ਸੀ? ਸਹੀ ਹੋ ਗਿਆ। ਇਹਦਾ ਮਤਲਬ ਪਿੰਡ ਦੀ ਜ਼ਮੀਨ ਵੀ ਵਾਹਵਾ ਹੋਣੀ ਤੁਹਾਡੇ ਦੀ? ਮਾਲ ਪਿੰਡ ਹੀ ਸਾਰਾ ਸਿੱਖਾਂ ਦਾ ਸੀ, ਮੁਸਲਮਾਨ ਥੋੜ੍ਹੇ ਜਿਹੇ। ਨਹੀਂ ਨਹੀਂ, ਰਕਬਾ ਕਾਫੀ ਸੀ ਇਸ ਪਿੰਡ ਦਾ। ਜਾਂ ਉਹ ਰਾੜੇ ਵਾਲੇ ਸਨ ਮੁਸਲਮਾਨ। ਅੱਜ ਚੱਲ ਉਹ ਨੇ ਉੱਚਾ ਲੱਭਣਾ ਨਹੀਂ ਕਹਿੰਦਾ ਜੱਠੂ ਵਾਲਾ ਅਤੇ ਇਹ ਵਿਰਕ ਦੇ ਥੋੜ੍ਹੇ ਕੁ ਘਰ ਸਨ, ਜੱਟਾਂ ਦੇ ਥੋੜ੍ਹੇ, ਮੁਸਲਮਾਨਾਂ ਥੋੜ੍ਹੇ ਘਰ। ਅੱਛਾ, ਮੁਸਲਮਾਨ ਥੋੜ੍ਹੇ ਘਰ ਸਨ। ਹਾਂ, ਸਹੀ 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 ਸਹੀ। ਅੱਛਾ ਬਜ਼ੁਰਗੋ, ਪਿੰਡ ਦੇ ਵਿੱਚ ਉਸ ਵੇਲੇ ਗੁਰਦੁਆਰੇ ਕਿੰਨੇ ਸੀ? ਗੁਰਦੁਆਰੇ ਪੰਜ। ਪੰਜ ਗੁਰਦੁਆਰੇ ਸੀ? ਹਾਂ, ਸਹੀ ਹੋ ਗਿਆ। ਪੱਕੇ ਹੁੰਦੇ ਸੀ ਕਿ ਕੱਚੇ? ਪੱਕੇ ਪੱਕੇ। ਅੱਛਾ, ਪੱਕੇ ਗੁਰਦੁਆਰੇ ਸੀ। ਅਤੇ ਜਿਹੜੇ ਮਸਜਿਦਾਂ ਸੀ ਆਪਣੇ ਮੁਸਲਮਾਨਾਂ ਦੀਆਂ, ਉਹ ਕਿੰਨੀਆਂ ਸੀ? ਮਸਜਿਦਾਂ ਤਿੰਨ। ਅੱਛਾ, ਤਿੰਨ ਮਸਜਿਦਾਂ ਸੀ। ਹਾਂ, ਸਹੀ ਹੋ ਗਿਆ। ਅਤੇ ਦੁਕਾਨਾਂ ਵੀ ਹੁੰਦੀਆਂ ਸੀ ਪਿੰਡ ਦੇ ਵਿੱਚ? ਹਾਂ, ਦੁਕਾਨਾਂ ਦੁਕਾਨਾਂ ਖੱਤਰੀਆਂ ਦੀਆਂ। ਅੱਛਾ, ਖੱਤਰੀਆਂ ਦੀ ਦੁਕਾਨਾਂ ਹੁੰਦੀਆਂ ਸੀ। ਹਾਂ, ਸਹੀ ਹੋ ਗਿਆ। ਪਿੰਡ ਦੇ ਵਿੱਚ ਆਪਸ 'ਚ ਰਹਿਣ ਸਹਿਣ ਕਿੱਦਾਂ ਦਾ ਹੁੰਦਾ ਸੀ? ਸਿੱਖਾਂ ਦਾ ਮੁਸਲਮਾਨਾਂ ਦਾ ਰਹਿਣ ਸਹਿਣ ਕਿੱਦਾਂ ਦਾ ਹੁੰਦਾ ਸੀ? ਹਰੀ ਮੇਰੀ ਹੁੰਦਾ ਸੀ ਰਹਿਣ ਸਹਿਣ ਮੇਰਾ, ਮਤਲਬ ਉਦੋਂ ਤਾਂ ਸਿੱਖਾਂ ਸਿੱਖਾਂ ਦੇ ਸਨ। ਹਾਂਜੀ, ਜੇ ਮੁਸਲਮਾਨਾਂ ਦਾ ਜਸਾ ਆਵੇ ਤਾਂ ਤੁਸੀਂ ਅੱਗੇ ਆਉਣਾ ਹੈ। ਅੱਛਾ, ਜੇ ਸਿੱਖਾਂ ਦਾ ਆਵਾਂ ਤਾਂ ਸਿੱਖਾਂ ਦਾ ਜਸਾ ਆਵੇ ਤਾਂ ਅਸੀਂ ਅੱਗੇ ਆਵਾਂਗੇ। ਅੱਛਾ, ਬਹਿ ਕੇ ਗੱਲਬਾਤ ਹੋ ਗਈ ਸੀ? ਹਾਂ। ਵੈਸੇ ਕੋਈ ਲੜਾਈ ਝਗੜਾ ਤਾਂ ਨਹੀਂ ਸੀ ਜਾਂ ਦੁਸ਼ਮਣੀ? ਪਿੰਡ ਦੇ ਵਿੱਚ ਮੇਲਾ ਸ਼ੇਲਾ ਵੀ ਲੱਗਦਾ ਹੁੰਦਾ ਸੀ? ਹਾਂ, ਮੇਲਾ ਵੀ ਲੱਗਦਾ ਹੁੰਦਾ ਸੀ ਪਿੰਡ ਦੇ ਵਿੱਚ? ਵਿਸਾਖੀ ਲੱਗਦੀ ਸੀ। ਅੱਛਾ, ਵਿਸਾਖੀ ਲੱਗਦੀ ਸੀ ਉੱਥੇ ਗੁਰੂ ਡੇਰੇ। ਅੱਛਾ, ਗੁਰੂ ਡੇਰੇ ਦੇ ਵਿੱਚ ਵਿਸਾਖੀ ਚੌਧਰ ਚੇਤਰ ਚੌਦਾ। ਅੱਛਾ, ਅਤੇ ਉਹਦੇ ਵਿੱਚ ਕੋਈ ਕਬੱਡੀ ਵਗੈਰਾ ਹੁੰਦੀ ਸੀ, ਘੋਲ ਵਗੈਰਾ ਹੁੰਦੇ ਸੀ? ਹਾਂ, ਸੁਣਿਆ ਤੁਹਾਡੇ ਪਿੰਡ ਦੇ ਵਿੱਚ ਮਸ਼ਹੂਰ ਸੀ ਰੱਸਾ ਖਿਚਾਈ। ਉਹ ਮੇਰਾ ਮਤਲਬ ਇੱਕ ਰੱਸਾ ਖਿੱਚਣ ਲੱਗੇ ਸਨ ਇੱਕ ਵਾਰੀ ਗਰਮੂੜੀਆਂ ਨਾਲ। ਅੱਛਾ, ਗਰਮੂੜੀਆਂ ਰੱਸਾ ਖਿੱਚ ਲਿਆ ਸੀ ਤੇ ਸਾਡੇ ਪਿੰਡ ਦੇ ਉਤਰੇ ਬੜੇ ਸਨ ਉਹਨਾਂ ਮਗਰ ਪਜਾ ਕੇ ਨਾ ਘੋੜੀਆਂ ਤੇ ਉਹਨੂੰ ਮਾਰਿਆ ਸੀ। ਅੱਛਾ, ਰੱਸਾ ਗਰਮੂੜਿਆਂ ਨਾਲ ਖਿੱਚ ਗਏ ਸੀ? ਇਹ ਖਿੱਚ ਲਿਆ ਤੇ ਸੁਣਿਆ ਸੀ ਨਾਲ ਹੀ ਰੱਸਾ ਵੀ ਲੈ ਗਿਆ ਸੀ। ਰੱਸਾ ਵੀ ਨਾਲ ਲੈ ਉਦੋਂ ਪਿੱਛੇ ਫਿਰ ਗਰਮੂੜੀ ਆਪਣੇ ਪਿੰਡ ਲੱਗ ਪਿਆ ਵਿਸਾਖੀ ਦੀ ਚਿੱਤਰ ਦਾ ਲਾਲ। ਅੱਛਾ, ਉੱਥੇ ਵਿਸਾਖੀ ਲੱਗਣ ਲੱਗ ਪਈ ਸੀ ਫਿਰ? ਹਾਂ, ਉੱਥੇ ਪਰ ਛੱਡ ਗਿਆ। ਅੱਛਾ 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 ਅੱਛਾ, ਸਹੀ ਹੋ ਗਿਆ। ਅੱਛਾ ਬਜ਼ੁਰਗੋ, ਪਿੰਡ ਦੇ ਆਲੇ ਦੁਆਲੇ ਖੂਹ ਹੋਣੇ ਨੇ ਉਸ ਟਾਈਮ ਵਗਦੇ? ਹਾਂ, ਖੂਹ ਵਗਦੇ ਹੁੰਦੇ ਸੀ ਜ਼ਮੀਨਾਂ 'ਚ? ਖੂਹ ਵਗਦੇ ਸਨ ਗੇ। ਕੋਈ ਨਾਂ ਯਾਦ ਨੇ ਖੂਹਾਂ ਦੇ? ਸ਼ਿਕੱਲੀ ਵਾਲਾ, ਬੋੜੂ ਵਾਲਾ, ਨੀਵੀਂ ਖੂਹੀ, ਇਹ ਵਗਦੇ ਸਨ ਖੂਹ ਪਿੰਡ ਦੇ ਦੁਆਲੇ। ਅੱਛਾ, ਇਹ ਵਗਦੇ ਹੁੰਦੇ ਸੀ? ਸਹੀ ਹੋ ਗਿਆ। ਅਤੇ ਜਿਹੜੇ ਆਲੇ ਦੁਆਲੇ ਡੇਰੇ ਸਨ ਖੂਹ ਇਹਨਾਂ ਦੇ ਪਿੰਡ ਦੇ ਕੜਿਆਲ ਦੇ, ਹਾਂ, ਕੋਈ ਮਸ਼ਹੂਰ ਡੇਰਿਆਂ ਦੇ ਕੀ ਨਾਂ ਵੱਜਦੇ ਹੁੰਦੇ ਸੀ? ਡੇਰੇ ਆ ਹੀ ਸਨ, ਟੱਕ ਹੋਇਆ, ਪਰ ਕੇਰ ਹੋਇਆ, ਵਹਿਲਾ ਹੋਇਆ, ਪਰ ਸ਼ਿਕੱਲੀ ਵਾਲਾ ਹੋਇਆ, ਇਹ ਡੇਰੇ ਸਿੱਖਾਂ ਦੇ ਸਨ ਸਾਰੇ। ਅੱਛਾ, ਸਿੱਖਾਂ ਦੇ ਸਨ? ਹਾਂ। ਅੱਛਾ 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 ਅੱਛਾ, ਸਹੀ ਹੋ ਗਿਆ। ਅਤੇ ਜਿਹੜੇ ਤੁਹਾਡੇ ਉੱਥੇ ਖੱਤਰੀ ਰਹਿੰਦੇ ਸੀ ਉਹਨਾਂ ਦਾ ਕੋਈ ਨਾਂ ਯਾਦ ਨੇ ਤੁਹਾਨੂੰ? ਖੱਤਰੀਆਂ ਦੇ ਨਾਂ ਯਾਦ, ਇੱਕ ਦੇ ਨਾਂ ਨਣਤਾ ਸੀ। ਅੱਛਾ, ਉਹਦੇ ਪੁੱਤਰ ਦੇ ਨਾਲ ਸ਼ਾਦੀ ਸੀ, ਬਸ ਇਸ ਤਰ੍ਹਾਂ। ਅਤੇ ਜਿਹੜੇ ਸਿੱਖ ਸਨ ਮਸ਼ਹੂਰ ਉਹਨਾਂ ਦੇ ਕੋਈ ਨਾਂ ਯਾਦ ਹੋਣ? ਸਿੱਖ ਸੁੰਦਰ ਸਿੰਘ। ਅੱਛਾ, ਅਜਾਗਰ ਸਿੰਘ, ਅਨੋਖ ਸਿੰਘ। ਅੱਛਾ, ਦਲੀਪਾ ਚੜਤੂ, ਇਹ ਕੜਿਆਲ ਦੇ ਮਸ਼ਹੂਰ ਸਿੱਖ ਸਨ। ਸਹੀ ਹੋ ਗਿਆ। ਇਹਨਾਂ ਦੇ ਮਕਾਨ ਪੱਕੇ ਹੁੰਦੇ ਸਨ ਕਿ ਕੱਚੇ? ਪੱਕੇ ਮਕਾਨ। ਅੱਛਾ, ਪੱਕੇ ਮਕਾਨ ਹੁੰਦੇ ਸੀ, ਚੁਬਾਰੇ। ਸਹੀ 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 ਸਹੀ। ਤੁਹਾਡੇ ਮੁਸਲਮਾਨਾਂ ਦੇ ਨਾਲ ਵਿਆਹ ਸ਼ਾਦੀਆਂ ਦੇ ਵਿੱਚ ਇਹਨਾਂ ਦਾ ਲੈਣ ਦੇਣ ਹੁੰਦਾ ਸੀ? ਹਾਂ। ਤੁਸੀਂ ਜਾਂਦੇ ਰਹੇ ਹੋ ਵਿਆਹ ਸ਼ਾਦੀਆਂ 'ਚ? ਹਾਂ, ਅਤੇ ਹੋਰ ਕੀ ਕੁਛ ਹੁੰਦਾ ਹੁੰਦਾ ਸੀ ਉਸ ਵੇਲੇ ਵਿਆਹ 'ਚ? ਲੈਣ ਜਾਣ ਹੁੰਦਾ ਹੀ ਸੀ, ਜਾਈਦਾ ਹੀ ਸੀ। ਜਾਣੀ ਰੋਟੀ ਰਾਟੀ ਖਾਣੀ, ਉਹਨਾਂ ਆਉਣਾ ਅਤੇ ਉਹਨਾਂ ਦੀ ਹੱਡਰੀ ਪਕਾਉਣੀ, ਅਤੇ ਆਪ ਅਸੀਂ ਇੱਥੇ ਗਰਮੂਲੇ ਮੁੰਡੇ ਇੱਕ ਦਾ ਤਮਾਨ ਸੀ, ਇੱਥੇ ਅਸੀਂ ਆਏ ਸਾਂ ਗਰਮੂਲੇ। ਅੱਛਾ, ਇੱਥੇ ਵਿਆਹਿਆ ਸੀ ਮੁੰਡਾ? ਮੁੰਡਾ ਇੱਥੇ ਜੰਮਿਆ ਸੀ। ਅੱਛਾ, ਜੰਮਿਆ ਸੀ। ਅੱਜ ਦੇ ਵਿੱਚ ਦੁੱਲਾ ਨਹੀਂ ਸੀ ਹੁੰਦਾ ਜਿਹੜੇ ਮਕਾਨ 'ਚ। ਅੱਛਾ, ਇਹਦੇ ਵਿੱਚ। ਸਹੀ 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 ਸਹੀ। ਅੱਛਾ ਬਜ਼ੁਰਗੋ, ਨੇ ਦੱਸੋ ਜਦੋਂ 47 ਦੀ ਵੰਡ ਹੋਈ ਹੈ, ਹਾਂ, ਜਦੋਂ ਵੰਡ ਹੋ ਗਈ, ਹਾਂ, ਕਿਸ ਤਰ੍ਹਾਂ ਤੁਹਾਡੇ ਪਿੰਡ ਵਾਲੇ ਇੱਥੋਂ ਨਿਕਲੇ ਆਪਣੇ ਪਿੰਡੋਂ? ਸਿੱਖ ਟੁਰ ਗਏ ਅਤੇ ਫਿਰ ਮਰ ਪਰਤ ਕੇ ਜਿਹੜੇ ਉਹਨਾਂ ਨੂੰ ਮਾਲ ਲੈਣ,
ਨਹੀਂ ਨਹੀਂ ਜਦੋਂ ਸਿੱਖ ਹਲੇ ਇੱਥੇ ਬੈਠੇ ਸੀ ਜਦੋਂ ਰੋਲੇ ਪਏ ਸੀ ਉਸ ਵੇਲੇ ਕਿੱਦਾਂ ਇੱਥੋਂ ਨਿਕਲੇ ਸੀ ਉਹਦੇ ਬਾਰੇ ਦੱਸੋ ਰਾਤੋ ਰਾਤ ਨਿਕਲ ਗਿਆ ਕੋਈ ਜੱਥਾ ਪਿਆ ਸੀ ਇਹਨਾਂ ਉੱਤੇ ਨਹੀਂ ਉਂਝ ਹੀ ਨਿਕਲ ਗਿਆ ਉਹ ਜਿਹੜਾ ਮੈਂ ਤੁਹਾਨੂੰ ਦੱਸਦੇ ਨਹੀਂ ਪਿਆ ਉਹ ਬੰਦਾ ਆਇਆ ਸੀ ਉਹ ਜਸੇ ਚੋਂ ਅਤੇ ਉਹ ਆਉਂਦਾ ਸੀ ਕੋਈ ਹਾਲ ਨਹੀਂ ਜੋ ਸਿੱਖੋ ਫਿਰ ਕੁੱਟ ਗਿਆ ਜਸਾ ਸਾਰਾ ਮਾਰਿਆ ਗਿਆ ਅੱਛਾ ਜੱਥੇ 'ਚੋਂ ਆਇਆ ਸੀ ਆਹੋ ਜਸੇ 'ਚੋਂ ਉਸ ਆਖਿਆ ਮੈਂ ਆਪਣਾ ਭਰਾ ਕੇ ਪਤਰੀਆ ਉਹਨੂੰ ਗੋਲੀ ਵੱਜੀ ਸੀ ਅਤੇ ਉਹਨੂੰ ਮੈਂ ਲਿਆ ਕੇ ਘੋੜੀ 'ਤੇ ਪਾ ਲਿਆ ਅਤੇ ਜਦੋਂ ਰਾਜ ਮਰ ਗਿਆ ਰਾਜ ਸੁੱਟ ਆਇਆ ਇੱਥੋਂ ਤੱਕ ਹਾਲ ਹੋਏ ਅਤੇ ਫਿਰ ਜਦੋਂ ਪਹਿਲੋਂ ਆਇਆ ਕੀ ਕਹਿੰਦੇ ਅਸੀਂ ਨਿਕਲਣਾ ਨਹੀਂ ਹੈ ਪਿੰਡੋਂ ਪਹਿਲੋਂ ਅਸਾਂ ਨਹੀਂ ਨਿਕਲਣਾ ਪਿੱਛੋਂ ਲੋਕ ਆਉਂਦੇ ਹਨ ਨਾ ਅਤੇ ਅਸਾਂ ਕੁੜੀ ਜਾਵੇ ਸਾਡੀਆਂ ਜੜ੍ਹਾਂ ਬਤਾਲ ਨੇ ਅਸਾਂ ਕਿੱਥੇ ਜਾਣਾ ਅੱਛਾ ਫਿਰ ਜਿਸਲ ਉਸ ਆ ਕੇ ਇਹ ਗੱਲ ਆਖੀਏ ਫਿਰ ਰਾਤੋਂ ਰਾਤ ਪਿੰਡ ਬਾਰਿਸ਼ ਪੈਂਦੀ ਸੀ ਰਾਤੋਂ ਰਾਤ ਪਿੰਡ ਖਾਲੀ ਹੋ ਗਿਆ ਸੀ ਅੱਜ ਬਾਰਿਸ਼ ਹੀ ਨਿਕਲ ਗਿਆ ਕਿਸੇ ਨਾਲ ਤੁਹਾਡੇ ਨਾਲ ਬਜ਼ੁਰਗਾਂ ਨਾਲ ਮੁਲਾਕਾਤ ਨਹੀਂ ਕਰਕੇ ਗਏ ਮਗਰੋਂ ਫਿਰ ਆਉਂਦੇ ਰਹੇ ਨੇ ਮਿਲਟਰੀ ਵੀ ਆਉਂਦੀ ਰਹੀ ਹੈ ਮਗਰੋਂ ਫਿਰ ਜਿਹੜੇ ਸਿੱਖ ਆਉਂਦੇ ਰਹੇ ਨਾ ਡੰਗਰ ਲੈਣ ਅੱਛਾ ਉਹ ਫਿਰ ਮਿਲਟਰੀ ਮਾਰਦੇ ਰਹੀ ਹੈ ਬੰਦੇ ਵੀ ਪਿੰਡ ਦੇ ਮਾਰਦੇ ਰਹੇ ਨੇ ਤੁਹਾਡੇ ਪਿੰਡ ਦੇ ਵਿੱਚ ਸਿੱਖ ਮਰੇ ਸਨ ਆ ਕੇ ਹਾਂ ਕਿੰਨੇ ਕੁ ਸਿੱਖ ਮਰੇ ਸਨ ਮਰੇ ਸਨ ਪੰਜ ਚਾਰ ਸਿੱਖ ਕੋਈ ਨਾਂ ਯਾਦ ਆ ਕਿਹੜਾ ਕਿਹੜਾ ਸਿੱਖ ਮਰਿਆ ਸੀ ਇੱਥੇ ਕਰਤਾਰ ਸਿੰਘ ਗੁਮਾਨ ਸਿੰਘ ਅੱਛਾ ਇਸ ਤਰ੍ਹਾਂ ਕਰਕੇ ਨਾਂ ਪੰਜ ਚਾਰ ਜੈਂਬੂ ਉਹ ਪੰਜ ਚਾਰ ਬੰਦੇ ਮਰੇ ਸਨ ਇੱਥੇ ਅੱਛਾ ਉਹ ਆਉਂਦੇ ਸੀ ਦੂਸਰਾ ਆਪਣਾ ਮਾਲ ਲੈਣ ਆਪਣੇ ਉਹ ਆਪਣੇ ਡੰਗਰ ਲੈਣ ਆਉਂਦੇ ਆ ਅੱਛਾ ਮਿਲਟਰੀ ਮਿਲਟਰੀ ਸੀ ਕੁਰਲ ਕੀ ਬੈਠੀ ਹੋਈ ਅੱਛਾ ਉਹ ਆ ਕੇ ਉਹ ਜੇ ਬਾਂਗਾਂ ਨਹੀਂ ਸਨ ਮਿਲੀਆਂ ਪਿੰਡ ਆਵੜੇ ਸਾਡੇ ਪਿੰਡ ਆਵੜੇ ਉਹ ਮੁਸਲਮਾਨ ਇਕੱਠੇ ਕਰ ਲਏ ਉਹਨਾਂ ਆਖਿਆ ਸਿੱਖ ਲਿਜਾਂਦੇ ਡੰਗਰ ਉਹਦੇ ਰਾਤੀ ਡੰਗਰ ਲਗਾਏ ਸਨ ਅੱਛਾ ਉਹ ਫਿਰ ਮਿਲਟਰੀ ਨਾਲ ਲੱਗ ਕੇ ਤੇ ਢੂੰਡਦੀ ਰਹੀ ਹੈ ਕਮਾਦ ਕਮੂਦ ਕਮਾਦਾਂ ਕੇ ਬੰਦੇ ਲੱਭ ਕੇ ਮਾਰਦੇ ਰਹੇ ਨੇ ਅੱਛਾ ਸਹੀ 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 ਇਹ ਚੂੜਕਾਣੇ ਆਉਂਦੇ ਸੀ ਇੱਥੇ ਆਹੋ ਨੜਕਾਣੇ ਹੈਗੇ ਅੱਛਾ ਬਜ਼ੁਰਗੋ ਫਿਰ ਜਿਹੜਾ ਇਹਨਾਂ ਦਾ ਮਾਲ ਮੂਲ ਸੀ ਇਹ ਲੋਕ ਇੱਥੇ ਉਂਝ ਹੀ ਛੱਡ ਕੇ ਗਏ ਹੋਣੇ ਨੇ ਫਿਰ ਤੁਹਾਡੇ ਪਿੰਡ ਦੇ ਵਿੱਚ ਕੋਈ ਆਲੇ ਦੁਆਲੇ ਜੱਥੇ ਆਉਂਦੇ ਸੀ ਮਾਲ ਲੁੱਟਣ ਇਹ ਮਾਲ ਜਿਹੜਾ ਸੀ ਫਿਰ ਇਕੱਠਾ ਕਰਕੇ ਮਾਜਰਾ ਨੂੰ ਦਿੱਤਾ ਗਿਆ ਅੱਛਾ ਅਤੇ ਇਹ ਜਿਹੜਾ ਸ਼ੇਰੇ ਘੋਟੀਆ ਇਹਦਾ ਵੀ ਜੱਥਾ ਇੱਥੋਂ ਹੀ ਲੰਘਿਆ ਸੀ ਸ਼ੇਰੇ ਘੋਟੀਆ ਜਿਹੜਾ ਸੀ ਇਹ ਤਾਂ ਉੱਥੋਂ ਨੱਸ ਗਿਆ ਸੀਗੇ ਉਦੋਂ ਪੀਰ ਅਸਗਰ ਸ਼ਾਹ ਸੀ ਉਜਰੇ ਵਾਲਾ ਇੱਥੇ ਐਸ ਐਚ ਓ ਉਹ ਕਿਹੜੇ ਪਿੰਡ ਦਾ ਸੀ ਪਿੱਛੋਂ ਪੀਰ ਅਸਗਰ ਸ਼ਾਹ ਹਾਂਜੀ ਉਜਰੇ ਦਾ ਅੱਛਾ ਉਜਰੇ ਦਾ ਹਾਂ ਅੱਛਾ ਉਹਦੀ ਡਿਊਟੀ ਇੱਥੇ ਸੀ ਹੈਂ ਨਸ਼ਹਿਰੇ ਸੀ ਡਿਊਟੀ ਉਹਦੀ ਨਸ਼ਹਿਰੇ ਸੀ ਅੱਜ ਦੀ ਡਿਊਟੀ ਅਤੇ ਪਤਾ ਜਦੋਂ ਮੁਸ ਪੁਲਿਸ ਦੇ ਤੋਂ ਬਾਅਦ ਰਹੇ ਹੋਏ ਸਨ ਅੱਠ ਸਿਪਾਹੀ ਸਨ ਅਤੇ ਨਵਾਂ ਆਪ ਸੀ ਅੱਛਾ ਲਾਲੇਪੁਰੋਂ ਇੱਕ ਜਲਾਹ ਨੇ ਭਜਾਈ ਹੈ ਘੋੜੀ ਜਦੋਂ ਸ਼ੇਰੇ ਘੋੜੀ ਜਸਾ ਆਉਂਦਾ ਤਬਾਹੀਆਂ ਕੀਤੀ ਆਉਂਦਾ ਉਸ ਆਖਿਆ ਆ ਕੇ ਸ਼ਾਹ ਜੀ ਆਈਆਂ ਸ਼ੇਰੇ ਘੋੜੀ ਜਸਾ ਆਉਂਦਾ ਪਿਆ ਤਬਾਹੀਆਂ ਬਚਾਈ ਆਉਂਦਾ ਅੱਛਾ ਉਸ ਆਖਿਆ ਚਲੋ ਉਸ ਉਸ ਅੱਠੇ ਸਿਪਾਹੀ ਲੈ ਕੇ ਤੇ ਸ਼ਾਹ ਬਹਾਦਰ ਬੰਦਾ ਸੀ ਉਹ ਜਾ ਕੇ ਤੁਹਾਨੂੰ ਕਮਾਦ ਦੀ ਓਟ ਲੈ ਕੇ ਕੱਢ ਸਨ ਸ਼ੇਰੇ ਘੋੜੀ ਦੀ ਕਾਰ ਦੇ ਉੱਤੇ ਸਟੇਨ ਸੀ ਗੱਡੀ ਆਈ ਅੱਛਾ ਉਹ ਸਟੇਨ ਵੀ ਜਿਹੜੀ ਸੀ ਉਹ ਵੀ ਕੁੜੀ ਵੀ ਜਸੇ ਨੂੰ ਪੈ ਗਈ ਕੋਈ ਪੁੱਠੀ ਜਸੇ ਨੂੰ ਪੋ ਗਈ ਉੱਥੋਂ ਤੋਂ ਵਿਰਲੇ ਬੜੇ ਖੂਹ ਭਰੇ ਗਏ ਸਨ ਲਾਸ਼ਾਂ ਨਾਲ ਅੱਛਾ ਇੰਨਾ ਆਵਾਮ ਇੰਨੀ ਭਰੀ ਸੀ ਉਸ ਟਾਈਮ ਬੜੀ ਦੁਨੀਆ ਮਰੀ ਸੀ ਅਤੇ ਫਿਰ ਜਿਹੜੇ ਜ਼ਖਮੀ ਹੋਣੇ ਤੁਹਾਡੇ ਪਿੰਡਾਂ 'ਚ ਲੰਘ ਕੇ ਜਾਂਦੇ ਹੋਣੇ ਅੱਗੇ ਤੁਸੀਂ ਤਾਂ ਨਹੀਂ ਸੀ ਰਾਹ 'ਚ ਤੁਹਾਡੇ ਮੁਸਲਮਾਨਾਂ ਨੇ ਰੋਕਿਆ ਜਾਂ ਕਿਸੇ ਨੂੰ ਕਤਲੇਆਮ ਕੀਤਾ ਉਦੋਂ ਤਾਂ ਏਕਾ ਹੋਇਆ ਸੀ ਮੁਸਲਮਾਨਾਂ ਦਾ ਅਤੇ ਸਿੱਖਾਂ ਦਾ ਵੀ ਜੇ ਮੁਸਲਮਾਨਾਂ ਦਾ ਜਥਾ ਪਵੇ ਤਾਂ ਮੁਸਲਮਾਨਾਂ ਆਖਿਆ ਵੀ ਅਸੀਂ ਅੱਗੇ ਹੋਵਾਂਗੇ ਸਹੀ ਸਹੀ ਜੇ ਸਿੱਖਾਂ ਦਾ ਪਵੇ ਤਾਂ ਸਿੱਖਾਂ ਆਖਿਆ ਅਸੀਂ ਅੱਗੇ ਹੋਵਾਂਗੇ ਅੱਛਾ 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 ਅਤੇ ਆਹ ਜਿਹੜੀਆਂ ਸੜਕਾਂ ਨੇ ਇਹਨਾਂ ਦੇ ਵਿੱਚ ਤਾਂ ਮਾਰਦੇ ਦਸਾਂ ਉਹਨਾਂ ਨਾਲ ਟੋਏ ਪਰ ਗੱਡੀਆਂ ਨਾ ਪਿੰਡ 'ਚ ਆਗ ਵੜਨ ਅੱਛਾ ਸਹੀ ਸਹੀ ਹੁਣ ਤਾਂ ਪੱਕੀਆਂ ਹੋ ਗਈਆਂ ਹਨ ਹਾਂਜੀ ਕੱਚੇ ਪਏ ਹੁੰਦੇ ਸਨ ਲੰਮੇ ਟੋਏ ਮਾਰ ਦੇਣੇ ਗੱਡੀ ਨਾ ਲੰਘ ਗਿਆ ਅੱਛਾ ਆਪਣੇ ਇਸ ਕੜਿਆਲ ਦਾ ਜਾਂ ਗਰਮੋਲੇ ਦਾ ਇੱਥੋਂ ਦਾ ਕੋਈ ਜ਼ੈਲਦਾਰ ਹੁੰਦਾ ਸੀ ਹਾਂ ਜ਼ੈਲਦਾਰੀ ਹੈਗੀ ਸੀ ਕਿਸੇ ਕੋਲ ਇਸ ਪਿੰਡਾਂ ਦੀ ਨਹੀਂ ਕੋਈ ਨਹੀਂ ਇੱਥੇ ਜ਼ੈਲਦਾਰ ਕੋਈ ਨਹੀਂ ਸੀ ਹੈ ਸਹੀ ਹੋ ਗਿਆ ਅੱਛਾ ਬਜ਼ੁਰਗ ਜਦੋਂ ਇਹ ਲੋਕ ਇੱਥੋਂ ਟੁਰ ਗਏ 47 ਤੋਂ ਬਾਅਦ ਕਦੀ ਉਹ ਪਿੰਡ ਦੇ ਵਿੱਚ ਆਏ ਮੁੜ ਕੇ ਮਿਲਣ ਤੁਹਾਨੂੰ ਸਿੱਖ ਹਾਂਜੀ
ਕੋਈ ਜੇ ਵਿਰਲਾ ਆਉਂਦਾ ਸੀ ਕਦੀ ਕੋਈ ਵਿਰਲਾ ਜੇ ਕਿਸੇ ਆਉਣਾ ਲੜਕਾਣੇ ਆਉਣਾ ਤਾਂ ਅਗਾਂਹ ਕਿਸੇ ਆ ਜਾਣਾ ਅਤੇ ਆਉਂਦੇ ਆਉਣਾ ਆ ਕੇ ਮਿਲਦੇ ਆਉਣਾ। ਤੁਹਾਡਾ ਜਿਹੜਾ ਯਾਰ ਸੀ ਉਹ ਮਿਲਿਆ ਆ ਕੇ ਤੁਹਾਨੂੰ? ਨਹੀਂ ਉਹ ਨਹੀਂ ਆਇਆ, ਉਹ ਮੁੰਡੇ ਹੀ ਸਨ ਉਹਨਾਂ ਵਿਚਾਰਿਆਂ ਕੀ ਆਉਣਾ। ਅੱਛਾ ਅੱਛਾ, ਉਹ ਯਾਰ ਯਾਦ ਆਉਂਦਾ ਤੁਹਾਨੂੰ? ਹੈਂ ਯਾਰ ਤੁਹਾਡਾ ਜਿਹੜਾ ਸੀ ਯਾਦ ਆਉਂਦਾ ਤੁਹਾਨੂੰ ਅਗਰ ਤੁਹਾਡੀ ਗੱਲ ਕਰਵਾਈਏ ਉਹਦੇ ਨਾਲ? ਆਹੋ, ਗੱਲ ਕਰੋਗੇ ਉਹਨਾਂ ਨਾਲ? ਉਹਨਾਂ ਦਾ ਕੀ ਪਤਾ ਹੀ ਨਹੀਂ ਕਿ ਮਰ ਨਹੀਂ, ਅਗਰ ਜ਼ਿੰਦਾ ਹੋਏ ਤਾਂ ਫਿਰ ਸ਼ਾਇਦ ਤੁਹਾਡੀ ਅਸੀਂ ਗੱਲ ਕਰਵਾ ਦਈਏ, ਆਪਸ 'ਚ ਮੁਲਾਕਾਤ ਹੋ ਜਾਵੇ ਤੁਹਾਡੀ। ਚਲੋ ਜੀ ਬਾਬਾ ਜੀ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।
ਸਬਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।